ਸਵੇਰ ਸਵੇਰ ਦਾ ਟਾਈਮ ਆ, ਸੂਰਜ ਦੇਵਤਾ ਜੀ ਆ ਚੁੱਕੇ ਨੇ, ਸੋ ਇਸ ਤਰ੍ਹਾਂ ਦਾ ਮਾਹੌਲ ਆ ਇੱਥੇ। ਅਤੇ ਸੜਕਾਂ ਜਿਹੜੀਆਂ ਰਾਤ ਭਰੀਆਂ ਪਈਆਂ ਸੀਗੀਆਂ ਉਹ ਹੁਣ ਖਾਲੀ ਨੇ, ਬਿਲਕੁਲ ਸ਼ਾਂਤ ਮਾਹੌਲ। ਅਤੇ ਅਸੀਂ ਸਵੇਰੇ ਸਵੇਰੇ ਮੋਰਨਿੰਗ ਵਾਕ 'ਤੇ ਆਏ ਹਾਂ। ਅਤੇ ਸੁਖਮਨਜੀਤ ਸਿੰਘ, ਹਾਂਜੀ, ਕੀ ਵਿਊ ਆ ਉਰੇ ਦਾ? ਬਹੁਤ ਵਧੀਆ ਜੀ, ਦੇਖੋ ਜੀ ਧੁੱਪ ਚੜ ਰਹੀ ਹੈ, ਹਜੇ ਫਿਲਹਾਲ ਕੋਈ ਧੁੰਦ ਨਹੀਂ ਹੈਗੀ, ਥੱਲੇ ਦਾ ਮਾਹੌਲ ਸਾਰਾ ਦਿਸ ਰਿਹਾ, ਤੁਹਾਨੂੰ ਦਿਖਾਉਂਦੇ ਹਾਂ ਅਸੀਂ ਇੱਕ ਦੋ ਮਿੰਟਾਂ ਤੱਕ। ਅਤੇ ਅਸੀਂ ਹੁਣ ਸਵੇਰੇ ਸਵੇਰੇ ਚਾਹ ਲੈਣ ਆਏ ਸੀ, ਅਤੇ ਨਾਲ ਅਸੀਂ ਥੋੜ੍ਹਾ ਜਿਹਾ ਖਾਣ ਪੀਣ ਦਾ ਸਮਾਨ, ਜਿੱਦਾਂ ਕਿ ਸਾਰੇ ਰਾਹ ਵੀ ਕੋਈ ਕਿਤੇ ਜ਼ਿਆਦਾ ਖੜਨਾ ਨਾ। ਵੈਰੀ ਗੁੱਡ, ਵੈਰੀ ਗੁੱਡ। ਸੋ ਸਵੇਰੇ ਸਵੇਰੇ ਸਟਾਰਟ ਹੋ ਗਿਆ, ਜਿਨ੍ਹਾਂ ਨੇ ਕੋਈ ਮੈਗੀ ਮੂਗੀ ਖਾਣੀ ਆ ਅਤੇ ਬਾਕੀ ਚਾਹ ਪੀਣੀ ਆ, ਜੋ ਵੀ ਹਲਕਾ ਫੁਲਕਾ ਲੈਣਾ, ਉਹ ਸਵੇਰੇ ਸਟਾਰਟ ਹੋ ਗਿਆ। ਸੋ ਮਾਹੌਲ ਬੜਾ ਜ਼ਬਰਦਸਤ। ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਅਵਰ ਚੈਨਲ ਹਰਸ਼ ਐਂਡ ਕਮਲ, ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵਲੌਗ ਦੇ ਵਿੱਚ। ਸੋ ਅੱਜ ਸਾਡਾ ਮਸੂਰੀ ਦੇ ਵਿੱਚ ਡੇ 4th ਹੈ, ਅਤੇ ਸਾਨੂੰ 3 ਦਿਨ ਬਹੁਤ ਨਜ਼ਾਰੇ ਆਏ, ਜ਼ਿੰਦਗੀ ਦੇ ਠੰਡ ਦੇ ਨਜ਼ਾਰੇ ਲਏ ਸੀ ਗਰਮੀ ਦੇ ਵਿੱਚ, ਕਿਉਂਕਿ ਸੰਗਰੂਰ ਗਰਮੀ ਬਹੁਤ ਜ਼ਿਆਦਾ। ਅਤੇ ਹੁਣ ਅਸੀਂ ਜਾ ਰਹੇ ਹਾਂਗੇ ਵਾਪਸ, ਵਾਪਸ ਹੁੰਦੇ ਹੋਏ ਅਸੀਂ ਕਿਹੜੀ ਕਿਹੜੀ ਚੀਜ਼ਾਂ ਦੇਖਾਂਗੇ ਉਹ ਤੁਹਾਨੂੰ ਅਸੀਂ ਜ਼ਰੂਰ ਵਲੌਗ ਦੇ ਵਿੱਚ ਦਿਖਾਵਾਂਗੇ। ਹੁਣ ਅਸੀਂ ਜਾ ਰਹੇ ਹਾਂ ਸਿੱਧਾ ਦੇਹਰਾਦੂਨ, ਅਤੇ ਆਓ ਚੱਲੀਏ। ਹੁਣ ਅਸੀਂ ਚੱਲ ਰਹੇ ਹਾਂ ਮਨਸੂਰੀ ਤੋਂ 3-4 ਦਿਨ ਲਾ ਕੇ। ਸੋ ਅੱਜ ਪਰਮਾਤਮਾ ਨੇ ਬਹੁਤ ਸੋਹਣੀ ਕਿਰਪਾ ਕਰੀ ਹੈ, ਬਹੁਤ ਸੋਹਣਾ ਦਿਨ ਆ। ਸੋ ਗੱਡੀ ਅਸੀਂ ਦੇਹਰਾਦੂਨ ਤੱਕ ਲੈ ਲਈ, ਅਤੇ ਪਰਮਾਤਮਾ ਸਾਡੇ ਸਿਰ 'ਤੇ ਹੱਥ ਰੱਖੇ, ਤੰਦਰੁਸਤੀ ਬਖਸ਼ੇ, ਸੁੱਖ ਸ਼ਾਂਤੀ ਖੁਸ਼ੀ ਬਖਸ਼ੇ। ਸੋ ਸਭ ਤੋਂ ਪਹਿਲਾਂ ਅਸੀਂ ਵਾਹਿਗੁਰੂ ਜੀ ਕਾ ਸ਼ੁਕਰ ਕਰਦੇ ਹਾਂ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਓ ਜੀ, ਹੁਣ ਅਸੀਂ ਮਨਸੂਰੀ ਤੋਂ ਜਾ ਰਹੇ ਹਾਂ ਵਾਪਸ। ਸੋਹਣੀਆਂ ਸੋਹਣੀਆਂ ਸੜਕਾਂ, ਠੰਡੀ ਠੰਡੀ ਹਵਾ, ਐਨ ਨਜ਼ਾਰਾ ਆ ਰਿਹਾ ਦੁਨੀਆ ਭਰ ਦਾ। ਮੈਂ ਕਹਿੰਦਾ ਸਾਰੀਆਂ ਟੈਨਸ਼ਨਾਂ ਭੁੱਲ ਗਏ ਬੰਦੇ ਨੂੰ, 6 ਮਹੀਨੇ ਕੰਮ ਕਰਕੇ ਨਾ ਇੱਕ 5 ਕੁ ਦਿਨ ਜਾਂ 7 ਕੁ ਦਿਨ ਤਾਂ ਬਾਹਰ ਘੁੰਮਣਾ ਚਾਹੀਦਾ, ਤਾਂ ਕਿ ਬੰਦਾ ਰੀਫਰੈਸ਼ ਹੋ ਸਕੇ। ਆਪਾਂ ਫੋਨ ਨੂੰ ਵੀ ਰੀਫਰੈਸ਼ ਕਰਦੇ ਹਾਂ, ਲੈਪਟੋਪ ਨੂੰ ਵੀ ਰੀਫਰੈਸ਼ ਕਰਦੇ ਹਾਂ, ਦਿਮਾਗ ਵੀ ਰੀਫਰੈਸ਼ ਭਾਲਦਾ। ਕਿਉਂ ਬਈ, ਹੋ ਗਏ ਸਾਰੇ ਰੀਫਰੈਸ਼? ਹਾਂਜੀ, ਪੂਰੀ ਐਨਰਜੀ ਆ, ਪੂਰੇ ਐਕਸਾਈਟਡ ਹੋ, ਕਿਆ ਬਾਤ ਆ। ਇਹ ਚੀਜ਼ ਪਤਾ ਕੀ ਆ, ਜ਼ਰੂਰੀ ਆ। 5-7 ਦਿਨ ਘੁੰਮੋ ਫਿਰੋ, ਟੈਨਸ਼ਨਾਂ ਤਾਂ ਉੱਥੇ ਆਪਾਂ ਸਾਰਾ ਦਿਨ ਟੈਨਸ਼ਨਾਂ 'ਚ ਹੀ ਰਹਿੰਦੇ ਹਾਂ। ਇਸ ਕਰਕੇ ਨਜ਼ਾਰੇ ਲਓ, ਨਜ਼ਾਰੇ ਜ਼ਿੰਦਗੀ ਦੇ, ਇਹ ਕਿਹੜਾ ਵਾਰ ਵਾਰ ਆਉਣਾ। ਅਤੇ ਜੇ ਨਜ਼ਾਰਾ, ਜਿਹੜਾ ਖੂਬਸੂਰਤ ਨਜ਼ਾਰਾ ਤੁਸੀਂ ਇਹ ਦੇਖ ਲਓ ਵੀ ਅਸੀਂ ਉਹ ਉੱਪਰੋਂ ਆਇਆ, ਉੱਪਰੋਂ ਬਿਲਕੁਲ ਹਿੱਲ ਸਟੇਸ਼ਨ। ਹਾਂਜੀ ਹਾਂਜੀ ਹਾਂਜੀ, ਉਹ ਦੇਖ ਰਿਹਾ। ਥੱਲੇ ਹੈਗੀ ਆ ਮਸੂਰੀ ਝੀਲ ਕੰਟੀਨ, ਉੱਥੇ ਲਿਖਿਆ ਮਸੂਰੀ ਝੀਲ, ਅਤੇ ਇੱਧਰ ਦੇਖੋ ਕਿੰਨਾ ਸੋਹਣਾ ਝਰਨਾ ਆ ਰਿਹਾ ਹੈਗਾ। ਸੋ ਹੁਣ ਅਸੀਂ ਜਾ ਰਹੇ ਹਾਂਗੇ ਮਸੂਰੀ ਝੀਲ ਦੇਖਣ ਲਈ, ਅਸੀਂ ਜਾ ਰਹੇ ਹਾਂਗੇ ਮਸੂਰੀ ਝੀਲ ਦੇਖਣ ਲਈ। ਅਤੇ ਉਰੇ ਟਿਕਟ ਵੀ ਹੈਗੀ ਆ 30 ਰੁਪੀਜ਼ ਪਰ ਪਰਸਨ। ਦੇਖਦੇ ਹਾਂਗੇ ਕਿ ਕਿਵੇਂ ਦੀ ਝੀਲ ਹੈਗੀ, ਕਿਵੇਂ ਦਾ ਨਜ਼ਾਰਾ ਆਉਂਦਾ ਦੇਖਣ 'ਚ।
ਆ ਇੱਥੇ ਦੇਖੋ ਤੁਸੀਂ ਟਿਕਟ ਕਾਊਂਟਰ ਲਿਖਿਆ ਹੋਇਆ 30 ਰੁਪਏ ਪਰ ਪਰਸਨ। ਸੋ ਇੱਥੇ ਦਾ ਆਲਾ ਦੁਆਲਾ ਹੈਗਾ ਰਸਤੇ ਜੀ, ਨੀਚੇ ਉਹ ਦੇਖੋ ਹਲਕਾ ਜਿਹਾ ਸਾਨੂੰ ਦਿਖ ਰਿਹਾ ਹੈਗਾ ਪਾਣੀ, ਉੱਥੇ ਜਾਣਾ ਅਸੀਂ। ਸੋ ਹੁਣ ਅਸੀਂ ਜਾ ਰਹੇ ਹਾਂਗੇ ਨੀਚੇ, ਸੁਖਮਨ ਸ਼ਾਰਟਸ ਬਣਾ ਰਿਹਾ ਹੈਗਾ। ਸੋ ਆਰੋਂ ਦੀ ਜਾਣਾ ਪੈਣਾ ਸਾਨੂੰ ਨੀਚੇ, ਰਸਤਾ ਤੁਸੀਂ ਦੇਖ ਸਕਦੇ ਹੋ ਜੰਗਲਾਂ ਦੇ ਵਿੱਚ ਹੈ। ਮਸੂਰੀ ਤੋਂ ਇਹ ਲੇਕ 20 ਮਿੰਟ ਦੀ ਦੂਰੀ 'ਤੇ ਸਥਿਤ ਹੈ, ਲਗਭਗ 7 ਜਾਂ 6.5 ਕਿਲੋਮੀਟਰ ਦੀ ਦੂਰੀ 'ਤੇ ਹੈਗੀ। ਸੋ ਤੁਸੀਂ ਇਹ ਸਪੋਟ ਦੇਖਣਾ ਬਿਲਕੁਲ ਨਾ ਭੁੱਲਿਓ, ਕਿਉਂਕਿ ਸਾਨੂੰ ਆਲਰੇਡੀ ਦੱਸਿਆ ਗਿਆ ਕਿ ਇਹ ਬਹੁਤ ਹੀ ਸੋਹਣੀ ਬਣੀ ਗਈ ਹੈ, ਬਣੀ ਹੋਈ ਹੈਗੀ। ਆਲੇ ਦੁਆਲੇ ਬੈਠਣ ਦੀ ਜਗ੍ਹਾ ਵੀ ਬਣਾਈ ਹੋਈ ਹੈ, ਜੇ ਕੋਈ ਓਲਡ ਪਰਸਨ ਆਉਂਦਾ ਜੇ ਥੱਕ ਜੇ ਜਾਂ ਕੁਛ ਵੀ ਆ। ਸੋ ਅਸੀਂ ਤਾਂ 5-10 ਮਿੰਟਾਂ 'ਚ ਦੇਖ ਕੇ ਵਾਪਸ ਆ ਜਾਣਾ ਹੈਗਾ। ਦੀ ਆਲੇ ਦੁਆਲੇ ਦੇਖੋ ਤੁਸੀਂ ਕਿੰਨੀ ਸੋਹਣੀ ਡੈਕੋਰੇਸ਼ਨ ਕੀਤੀ ਹੋਈ ਹੈ ਨੇਚਰ ਦੀ, ਬਹੁਤ ਹੀ ਸੋਹਣੇ ਸੋਹਣੇ ਦਰੱਖਤ ਨੇਗੇ। ਸਵੇਰ ਸਵੇਰ ਦਾ ਟਾਈਮ ਹੈਗਾ, ਬਹੁਤ ਹੀ ਵਧੀਆ ਲੱਗ ਰਿਹਾ ਹੈਗਾ। ਇੱਧਰ ਚੱਲ ਰਿਹਾ ਜੀ ਫੋਟੋ ਸ਼ੂਟ। ਸੋ ਆ ਜਾਓ ਡੈਡੀ ਆਪਾਂ ਚੱਲੀਏ ਨੀਚੇ, ਬਸ ਥੋੜ੍ਹਾ ਜਿਹਾ ਹੀ ਰਸਤਾ ਰਹਿ ਗਿਆ, ਆਰੋ ਦਿਖ ਰਹੀ ਹੈ ਤੁਹਾਨੂੰ ਜਿਵੇਂ ਕਿ ਪਿੱਛੇ ਮਸੂਰੀ ਲੇਕ। ਫਿਰ ਘਾਹ ਵਗੈਰਾ ਲੱਗਿਆ ਹੋਇਆ, ਜੇ ਤੁਸੀਂ ਬੈਠ ਕੇ ਆਰਾਮ ਕਰਨਾ ਹੋਵੇ ਜਾਂ ਝੀਲ ਨੂੰ ਦੇਖਣ ਦਾ ਨਜ਼ਾਰਾ ਉਰੋਂ ਲੈਣਾ ਤਾਂ ਉਰੇ ਵੀ ਬੈਠ ਕੇ ਲੈ ਸਕਦੇ ਹੋ। ਅਤੇ ਉੱਪਰ ਵਧੀਆ ਵਧੀਆ ਚੀਜ਼ਾਂ ਲਿਖੀਆਂ ਹੋਈਆਂ ਨੇ ਜਿਵੇਂ ਕਿ ਕਿਰਪਿਆ ਕੂੜਾ ਕੂੜੇਦਾਨ ਮੇ ਹੀ ਡਾਲੇ, ਸਫਾਈ ਰਹਿਤੀ ਹੈ। ਹਾਂਜੀ, ਕਿਉਂਕਿ ਜੇ ਆਪਣੇ ਵਰਗੇ ਲੋਕ ਹੀ ਉਰੇ ਖਰਾਬ ਕਰਨਗੇ ਫਿਰ ਆਪਾਂ ਕਹਿੰਦੇ ਹਾਂ ਕਿ ਇਹ ਤਾਂ ਜਗ੍ਹਾ ਬਹੁਤ ਗੰਦੀ ਆ, ਪਰ ਆਪਣੇ ਵਰਗੇ ਲੋਕ ਹੀ ਕਰਦੇ ਨੇ ਇਹਨੂੰ ਗੰਦੀ। ਸੋ ਬਹੁਤ ਹੀ ਸੋਹਣਾ ਲੱਗ ਰਿਹਾ ਚੀਜ਼ਾਂ ਦਿੱਤੀਆਂ ਹੋਈਆਂ ਨੂੰ, ਜਿਹੜਾ ਕੁਦਰਤ ਨੇ ਆਪਾਂ ਨੂੰ ਵਿਰਾਸਤ ਦੇ ਦਿੱਤੀ ਹੈ, ਕੁਦਰਤੀ ਚੀਜ਼ਾਂ ਨੇ, ਇਹਨੂੰ ਕਦੇ ਵੀ ਗੰਦਾ ਨਹੀਂ ਕਰਨਾ ਚਾਹੀਦਾ, ਸਾਫ਼ ਸਫਾਈ ਰੱਖਣਾ ਚਾਹੀਦਾ, ਆਪਣੀ ਜ਼ਿੰਮੇਵਾਰੀ ਹੈ। ਸੋ ਹੁਣ ਬਸ ਅਸੀਂ ਜਾ ਰਹੇ ਹਾਂਗੇ ਨੀਚੇ, ਥੋੜ੍ਹਾ ਜਿਹਾ ਹੀ ਰਹਿ ਗਿਆ ਸਾਡਾ ਸਫ਼ਰ ਨੀਚੇ ਤੱਕ ਜਾਣ ਦਾ। ਝੀਲ 'ਤੇ ਜਾਣ ਦਾ ਜਿਹੜਾ ਰਸਤਾ ਉਹ ਇੱਧਰਲੀ ਸਾਈਡ ਐਰੋ ਵੀ ਬਣਿਆ ਹੋਇਆ, ਇੱਧਰਲੀ ਸਾਈਡ ਨਾ ਮੁੜ ਜਾਓ ਕਿਉਂਕਿ ਝੀਲ 'ਤੇ ਨਹੀਂ ਜਾਂਦਾ ਹੈਗਾ, ਉੱਪਰ ਜਾਂਦਾ ਹੈਗਾ ਕੋਟੇਜ ਕਿ ਨਹੀਂ। ਸੋ ਹੁਣ ਅਸੀਂ ਜਾ ਰਹੇ ਹਾਂਗੇ ਨੀਚੇ। ਇੱਥੇ ਇੱਕ ਬਹੁਤ ਹੀ ਅਨੋਖਾ ਜਿਹੜਾ ਦਰਖਤ ਹੈ ਉਹ ਲੱਗਿਆ ਹੋਇਆ, ਕੰਢੇ ਕੰਢੇ ਲੱਗੇ, ਕੰਢੇ ਕੰਢੇ ਨੇ, ਕੈਕਟਸ ਵਾਂਗੂ ਲੱਗ ਰਿਹਾ ਨਾ, ਕੈਕਟਸ ਹੀ ਆ ਮੈਨੂੰ ਲੱਗਦਾ ਕਿਸੇ ਹੱਦ ਤੱਕ। ਅਤੇ ਇੱਧਰੋਂ ਪਾਣੀ ਆ ਰਿਹਾ ਹੈਗਾ ਝੀਲ ਦਾ ਸਾਰਾ, ਦੇਖੋ ਤੁਸੀਂ ਛੋਟੇ 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 ਝਰਨੇ, ਬਹੁਤ ਸੋਹਣੇ ਲੱਗ ਰਹੇ। ਹਨੂੰਮਾਨ ਜੀ ਦਾ ਝੰਡਾ ਲੱਗਿਆ ਹੋਇਆ, ਹਨੂੰਮਾਨ ਜੀ ਦਾ ਝੰਡਾ ਲੱਗਿਆ ਹੋਇਆ, ਹਨੂੰਮਾਨ ਜੀ ਦੇ, ਜੈ ਹਨੂੰਮਾਨ। ਸੋ ਬਸ ਅਸੀਂ ਪਹੁੰਚ ਹੀ ਗਏ ਲਗਭਗ, ਨੇੜੇ ਹੀ ਆਗੇ। ਆਲੇ ਦੁਆਲੇ ਤੁਸੀਂ ਦੇਖ ਸਕਦੇ ਹੋ ਖਾਣ ਪੀਣ ਦੀਆਂ ਦੁਕਾਨਾਂ ਹਰ ਇੱਕ ਜਗ੍ਹਾ 'ਤੇ ਬਣੀਆਂ ਹੁੰਦੀਆਂ ਨੇ, ਤਾਂ ਕਿ ਜੇ ਕੋਈ ਆਉਂਦਾ ਹੈ ਤਾਂ ਨਜ਼ਾਰੇ ਲੈ ਕੇ ਜਾਵੇ ਫੁੱਲੂ ਨੇ, ਖਾਵੇ ਪੀਵੇ ਇੰਜੋਏ ਕਰੇ। ਨੀਚੇ ਤੁਸੀਂ ਦੇਖ ਸਕਦੇ ਹੋਗੇ ਪਰਸਨਸ ਬੋਟਿੰਗ ਕਰ ਰਹੇ ਨੇਗੇ, ਵਧੀਆ ਖੁੱਲ੍ਹੇ ਨਜ਼ਾਰੇ ਦੇ ਵਿੱਚ ਨਜ਼ਾਰਾ ਆ ਰਿਹਾ ਹੈਗਾ ਸਾਨੂੰ ਵੀ। ਸੋ ਅਸੀਂ ਵੀ ਦੇਖਦੇ ਹਾਂਗੇ ਅੱਗੇ ਜਾ ਕੇ ਕੀ ਕਿਵੇਂ ਦਾ ਸਾਡਾ ਐਕਸਪੀਰੀਅੰਸ ਰਹਿੰਦਾ ਹੈਗਾ, ਕੀ ਦੇਖਦੇ ਹਾਂ ਅਸੀਂ। ਬੋਟਿੰਗ ਟਿਕਟ ਕਾਊਂਟਰ ਹੈਗਾ, 50 ਰੁਪਏ ਪਰ ਪਰਸਨ ਹੈ, ਅਤੇ ਤੁਸੀਂ ਨੀਚੇ ਉੱਤਰ ਕੇ ਆਰੋਂ ਦੀ ਜਦੋਂ ਜਾਊਂਗੇ ਅਤੇ ਤੁਹਾਨੂੰ ਉੱਥੇ ਬੋਟਿੰਗ ਦਾ ਉਹ ਮਿਲ ਜੂਗਾ। ਸੋ ਅਸੀਂ ਬੋਟਿੰਗ ਨਹੀਂ ਕਰ ਰਹੇ ਕਿਉਂਕਿ ਸਾਨੇ ਅੱਗੇ ਜਾਣਾ ਹੈਗਾ ਅਤੇ ਕਾਫੀ ਚੀਜ਼ਾਂ ਦੇਖੀਆਂ ਜਿਵੇਂ ਭੱਟਾ ਫਾਲਸ ਹੋ ਗਿਆ। ਬਾਕੀ ਕਮਲ ਦੱਸੂਗੀ, ਜਿਹੜੀ ਇਹ ਬੋਟਿੰਗ ਹੈ ਸਿਰਫ 12 ਮਿੰਟ ਕਰਾਉਂਦੇ ਨੇ ਅਤੇ 3 ਸਾਲ ਤੋਂ ਉੱਪਰ ਵਾਲੇ ਬੱਚੇ ਨੂੰ ਹੀ ਇਹਦੇ ਵਿੱਚ ਬਿਠਾਇਆ ਜਾਂਦਾ। ਸੋ ਅਸੀਂ ਅੱਜ ਤਾਂ ਕਰਕੇ ਬਸ ਸਿਰਫ ਵੀਡੀਓਜ਼ ਵਗੈਰਾ ਹੀ ਬਣਾ ਰਹੇ ਹਾਂ ਕਿਉਂਕਿ ਤੁਸੀਂ ਕਾਫੀ ਕੁਛ ਦੇਖਣਾ ਸਾਡੇ ਕੋਲ, ਟਾਈਮ ਦੀ ਸ਼ਾਰਟੇਜ ਹੈ ਇਸ ਕਰਕੇ ਸਾਨੂੰ, ਕਿਉਂਕਿ ਜਿੰਨੇ ਅਸੀਂ ਟ੍ਰਿਪ ਦੇ ਦਿਨ ਬਣਾਏ ਸੀਗੇ ਉਸ ਤੋਂ 1 ਦਿਨ ਵੱਧ ਹੋਈ ਜਾ ਰਿਹਾ ਹੈਗਾ, ਇਸ ਕਰਕੇ ਸਾਨੇ ਸੁਖਮਨ ਨੇ ਸਕੂਲ ਵੀ ਜਾਣਾ ਹੈਗਾ, ਕਾਫੀ ਚੀਜ਼ਾਂ ਸਾਡੇ ਪੈਂਡਿੰਗ ਨੇ, ਇਸ ਕਰਕੇ ਅਸੀਂ ਬਹੁਤ ਹੀ ਛੇਤੀ ਛੇਤੀ ਕਵਰ ਕਰ ਰਹੇ ਹਾਂ। ਬਾਹਰ ਤੋਂ ਸਾਨੂੰ ਉਹੀ ਫੈਮਿਲੀ ਮਿਲ ਗਈ ਜਿਹੜੇ ਸਾਨੂੰ ਦਲਾਈ ਹਿਲਸ 'ਤੇ ਮਿਲੇ ਸੀਗੇ ਬਨਾਰਸ ਤੋਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।
ਸੋ ਦੁਆਰ ਤੋਂ ਮੇਲੇ ਹੋ ਗਿਆ ਆਪਣੇ ਇੱਥੇ। ਸੋ ਇਹ ਸਾਡੇ ਸਬਸਕ੍ਰਾਈਬਰ ਵੀ ਬਣ ਚੁੱਕੇ ਅਤੇ ਅਸੀਂ ਸਾਰਾ ਉਰੇ ਆਨੰਦ ਲੈਂਦੇ ਲੈਂਦੇ ਸਾਨੂੰ ਇਹ ਉਰੇ ਮਿਲੇ ਨੇਗੇ। ਬਹੁਤ ਵਧੀਆ ਲੱਗ ਰਿਹਾ ਦੁਆਰ ਤੋਂ ਮਿਲ ਕੇ। ਇਹ ਇੱਥੋਂ ਦਾ ਆਲਾ ਦੁਆਲਾ ਹੈਗਾ ਬਹੁਤ ਹੀ ਵਧੀਆ ਲੱਗ ਰਿਹਾ ਹੈਗਾ ਕਿਉਂਕਿ ਸਾਫ਼ ਸੁਥਰਾ ਬਹੁਤ ਹੈਗਾ ਆਲਾ ਦੁਆਲਾ। ਅਤੇ ਇੱਧਰ ਬੱਚਿਆਂ ਵਾਸਤੇ ਟਰੰਪਲੀਨ ਹੋ ਗਿਆ ਜਿਵੇਂ ਕਿ ਤੁਹਾਨੂੰ ਅਸੀਂ ਕੰਪਨੀ ਗਾਰਡਨ ਦੇ ਵਿੱਚ ਦਿਖਾਇਆ ਸੀ, ਹੌਂਟਡ ਹਾਊਸ, ਬਹੁਤ ਸਾਰੀਆਂ ਚੀਜ਼ਾਂ ਨੇਗੀਆਂ। ਬਹੁਤ ਵਧੀਆ ਲੱਗ ਰਿਹਾ ਸਾਨੂੰ ਉਰੇ ਆ ਕੇ, ਬਹੁਤ ਸੋਹਣਾ ਲੱਗ ਰਿਹਾ ਹੈਗਾ, ਵਿਊ ਵੀ ਬਹੁਤ ਸੋਹਣਾ ਹੈ। ਅਤੇ ਇੱਧਰਲੇ ਪਾਸਿਓ ਤੁਸੀਂ ਦੇਖੋ ਬਹੁਤ ਹੀ ਸੋਹਣੇ ਜਿਹੜੇ ਪਹਾੜ ਨੇ ਉਹ ਲੱਗ ਰਹੇ ਨੇਗੇ। ਸੋ ਮੈਨੂੰ ਵੀ ਐਂ ਲੱਗਦਾ ਹੈਗਾ ਵੀ ਪਾਪਾ ਮੈਨੂੰ ਐਂ ਲੱਗ ਰਿਹਾ ਵੀ ਐਡਵੈਂਚਰ ਪਾਰਕ ਇਹ, ਯੈਸ, ਵੀ ਐਡਵੈਂਚਰ ਕਰਨਾ ਹੋਵੇ ਕਿਸੇ ਨੇ ਜੂਰੇ ਕਰ ਸਕਦਾ। ਬਹੁਤ ਉੱਚੀ ਉੱਚੀਆਂ ਜਗ੍ਹਾ ਲੱਗੀਆਂ ਹੋਈਆਂ ਨੇ ਜਿੱਥੋਂ ਉੱਠੇ ਸਿੱਧੇ ਪੰਗੇ ਲੈਣੇ ਨੇ। ਹਾਂਜੀ ਆਪਣੇ ਤਾਂ ਉਹੀ ਆ ਜਾਂਦੇ ਆ, ਆਪਾਂ ਕਿਹੜਾ ਜ਼ਿਆਦਾ ਖਾਂਦੇ ਹਾਂਗੇ। ਉਹ ਲਿਖਿਆ ਹੈਗਾ ਸਕਾਈਂਗ ਐਡਵੈਂਚਰ ਰਾਈਡਿੰਗ ਵੀ ਹੁੰਦੀ ਹੋਣੀ। ਬਹੁਤ ਵਧੀਆ ਲੱਗ ਰਿਹਾ ਹੈਗਾ ਆਲਾ ਦੁਆਲਾ ਕਿਉਂਕਿ ਠੰਡ 'ਚ ਹਰ ਇੱਕ ਚੀਜ਼ ਵਧੀਆ ਲੱਗਦੀ ਹੈ, ਜੇ ਉਰੀ ਗਰਮੀ ਹੋਵੇ ਫਿਰ ਕੁਛ ਨਹੀਂ ਵਧੀਆ ਲੱਗਣਾ। ਉਹ ਹੁਣ ਅਸੀਂ ਉੱਪਰੋਂ ਆਏ, ਦੇਖੋ ਤੁਸੀਂ ਉਹ ਜਗ੍ਹਾ ਤੋਂ ਉੱਪਰੋਂ ਆਉਂਦੇ 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 ਦੇਖੋ ਕਿੰਨੀ ਸੋਹਣੀ ਜਗ੍ਹਾ ਬਣਾਈ ਹੋਈ ਹੈਗੀ ਨੀਚੇ। ਅਤੇ ਹੁਣ ਅਸੀਂ ਸਾਰੇ ਬੈਠ ਕੇ ਪੀ ਰਹੇ ਹਾਂ ਚਾਹ ਕਿਉਂਕਿ ਇੰਨੀ ਠੰਡ 'ਚ ਚਾਹ ਦਾ ਆਨੰਦ ਅਤੇ ਖਾਣ ਪੀਣ ਦਾ ਆਨੰਦ ਹੋਰ ਕਿਤੇ ਨਹੀਂ ਆਉਣਾ। ਅਸੀਂ ਜਾ ਰਹੇ ਹਾਂਗੇ ਵਾਪਸ ਅਤੇ ਵਧੀਆ ਲੱਗਿਆ ਸਾਨੂੰ ਮਸੂਰੀ ਲੇਕ ਆ ਕੇ। ਹੋਪ ਸੋ ਤੁਸੀਂ ਵੀ ਆਓ। ਅਤੇ ਕਮਲ ਖੜ ਗਈ, ਬਹੁਤ ਸੋਹਣੀ ਲੱਗ ਰਹੀ ਹੈ ਕਮਲ, ਅਤੇ ਪਿੱਛੇ ਕਰ ਰਹੇ ਨੇ ਵੋਟਿੰਗ। ਮੌਸਮ ਵੀ ਬਸ ਖਰਾਬ ਵਰਗਾ ਹੀ ਲੱਗ ਰਿਹਾ ਹੈਗਾ, ਹੈ ਨਾ ਕਮਲ? ਮੌਸਮ ਖਰਾਬ ਹੋਣ ਦੀ ਕਗਾਰ 'ਤੇ ਆ। ਅਤੇ ਹੁਣ ਅਸੀਂ ਜਾ ਰਹੇ ਹਾਂਗੇ ਵਾਪਸ ਅਤੇ ਹੁਣ ਤੁਹਾਨੂੰ ਮਿਲਦੇ ਹਾਂਗੇ ਸਿੱਧਾ ਭੱਟਾ ਫਾਲਸ 'ਤੇ। ਅਸੀਂ ਜਾ ਰਹੇ ਹਾਂਗੇ ਉੱਪਰ ਅਤੇ ਉਤਰਨ ਵੇਲੇ ਤਾਂ ਉਤਰ ਗਏ ਅਤੇ ਚੜ੍ਹਨ ਵੇਲੇ ਥੋੜ੍ਹਾ ਜਿਹਾ ਔਖੇ ਲੱਗਦੇ ਨੇ ਪੌੜੀਆਂ ਜੀਆਂ। ਅਤੇ ਕਮਲ ਬਸ ਫੋਟੋ ਖਿਚਾ ਰਹੀ ਹੈਗੀ, ਸੁਖਮਨ ਖਿੱਚ ਰਿਹਾਗਾ। ਫੌਜਾਂ ਸਾਡੀਆਂ ਘਰੇ ਪ੍ਰੈਕਟਿਸ ਕਰਦੀਆਂ ਨੀ, ਹੁਣ ਉਰੇ ਥੱਕ ਜਾਂਦੀਆਂ, ਵਾਰ ਵਾਰ ਚੜ੍ਹਾਈ ਚੜ੍ਹਨੀ ਕਿਹੜਾ ਸੌਖੀ ਆ, ਥੱਕੇ ਦੇ ਵੀ ਪਏ ਨੇ। ਬਸ ਮੈਂ ਹੀ ਹੈ ਕਿ ਜਿਹੜਾ ਖਿੱਚੀ ਇਹਨਾਂ ਨੂੰ। ਪਹੁੰਚ ਚੁੱਕੇ ਹਾਂਗੇ ਆਈਕੀਆ ਆਈਲੈਂਡ, ਬਿਗੈਸਟ ਐਡਵੈਂਚਰ ਪਾਰਕ ਹੈ। 20+ ਐਕਟੀਵਿਟੀਜ਼ ਨੇ ਇੱਥੇ ਸਾਰੀਆਂ ਤੁਸੀਂ ਦੇਖ ਸਕਦੇ ਹੋ। ਅਤੇ ਆ ਰਿਹਾ ਬਣਾਇਆ ਹੈਗਾ, ਆ ਰਹੇ ਟਿਕਟ ਕਾਊਂਟਰ ਹੈਗਾ। ਹਾਂਜੀ ਟਿਕਟਾਂ ਲੈ ਲਈਆਂ ਅਤੇ ਆਲ ਐਕਟੀਵਿਟੀਜ਼ ਦਾ 1500 ਹੈ, ਬਟ ਜੇਕਰ ਤੁਸੀਂ ਸਿਰਫ ਅੰਦਰ ਜਾਣਾ ਹਜੇ ਜਾਂ ਉੱਥੇ ਤੁਹਾਨੂੰ ਕੋਈ ਐਕਟੀਵਿਟੀ ਪਸੰਦ ਆ ਜਾਂਦੀ ਆ ਤਾਂ ਉਹਦਾ ਦੇਖਦੇ ਹਾਂ। ਅਤੇ ਇੱਕ ਪਰਸਨ ਦੀ ਐਂਟਰੀ ਟਿਕਟ ਉਹ 50 ਰੁਪੀਸ ਹੈ। ਸੋ ਆਓ ਚੱਲੀਏ ਦਿਖਾਉਂਦੇ ਹਾਂ ਤੁਹਾਨੂੰ ਆਈਕੀਆ ਆਈਲੈਂਡ ਦੇ ਨਜ਼ਾਰੇ। ਸੋ ਆ ਰਹੇ ਨੇਗੇ ਸਾਡਾ ਪਰਿਵਾਰ, ਆ ਜਾਓ ਜੀ ਆ ਜਾਓ ਛੇਤੀ। ਫਿਰ ਵਾਨ ਆਰਾਮ ਨਾਲ ਇਹਨੂੰ ਨਾ ਫੜ, ਹਿਲਦਾ। ਸਭ ਤੋਂ ਸਟਾਰਟਿੰਗ ਦੇ ਵਿੱਚ ਹੈਗਾ ਬੱਚਿਆਂ ਵਾਸਤੇ ਜਿਵੇਂ ਆਪਾਂ ਗੱਡੀਆਂ ਦੇ ਵਿੱਚ ਬਹਿ ਕੇ ਘੁੰਮਦੇ ਹਾਂਗੇ, ਮਤਲਬ ਉਹਨਾਂ ਨੂੰ ਮਾੜੇ ਮੋਟੇ ਇੰਜੋਏ ਕਰ ਲੈਂਦੇ ਨੇ ਚਲਾ ਕੇ, ਬਾਕੀ ਸਾਰਾ ਕੰਮ ਉੱਪਰ ਹੈਗਾ। ਸੋ ਉੱਪਰ ਚੱਲਦੇ ਹਾਂ, ਚੜ੍ਹ ਕੇ ਅਸੀਂ ਆ ਰਹੇ ਹੈਗਾ ਜੀ ਸੈਲਫੀ ਪੁਆਇੰਟ। ਤੁਸੀਂ ਆ ਰਹੇ ਸਕੂਟਰ 'ਤੇ ਬਹਿ ਕੇ ਫੋਟੋਆਂ ਖਿਚਾ ਸਕਦੇ ਹੋ, ਬਾਕੀ ਪਿਛਲਾ ਵਿਊ ਵੀ ਬਹੁਤ ਸੋਹਣਾ। ਤੁਸੀਂ ਸਾਈਡ 'ਤੇ ਆ ਰਹੇ ਪੋਜ਼ ਬਣਾ ਕੇ ਵੀ ਪਿਕਸ ਕਲਿੱਕ ਕਰਵਾ ਸਕਦੇ ਹੋ। ਮੌਸਮ ਬਹੁਤ ਵਧੀਆ ਹੋ ਰਿਹਾ ਅਤੇ ਬਹੁਤ ਵਧੀਆ ਲੱਗ ਰਿਹਾ ਸਾਨੂੰ। ਤੁਸੀਂ ਅੰਦਰ ਜਾ ਸਕਦੇ ਹੋ, ਗਾਣੇ ਚੱਲ ਰਹੇ ਨੇ ਪੂਰੇ ਉੱਤਰਾਖੰਡ ਚ ਪੰਜਾਬੀ ਵਾਈਬਸ। ਕੋਲ ਗੱਡੀ ਹੈ ਸਾਂਝਾ ਵਾਲਾ ਨਾਮ ਦੇਣਾ ਉੱਤੇ ਲਿਖਿਆ, ਖਾਸਾ ਜ਼ੋਰ ਲੱਗ ਜੂ ਮਟਾਉਣ ਵਾਸਤੇ, ਪੈਸੇ ਪੂਸੇ ਬਾਰੇ ਮਿਲੋ
ਤੂੰ ਸੋਚੇ ਦੁਨੀਆ ਜੱਟ ਪੈਦਾ ਹੋਇਆ ਬਸ ਛਾਉਣ ਵਾਸਤੇ ਸਾਈਕਲ ਰਾਈਡ ਏਅਰ ਸਾਈਕਲ ਸਾਈਕਲ ਦੇ ਨਾਲ ਨਾਲ ਸਕਾਈ ਰੋਲਰ ਵੀ ਹੈ ਸਕਾਈ ਰੋਲਰ ਤੁਸੀਂ ਚਲਾ ਸਕਦੇ ਹੋ ਤਾਰਾਂ 'ਤੇ ਬਹੁਤ ਹੀ ਨਜ਼ਾਰਾ ਆਉਣ ਵਾਲਾ ਪਾਰਕ ਹੈਗਾ ਆਓ ਅਤੇ ਨਜ਼ਾਰੇ ਲਓ ਰਿਹਾ ਕੇ ਆਲੇ ਦੁਆਲੇ ਦਾ ਵਿਊ ਦੇਖੋ ਬਹੁਤ ਸੋਹਣਾ ਲੱਗ ਰਿਹਾ ਮਸਾਜ ਵਗੈਰਾ ਕਰਾ ਸਕਦੇ ਹੋ ਤੁਸੀਂ ਲੱਤਾਂ ਦੀ ਅੱਗੇ ਵੀ ਬਹੁਤ ਸਾਰੀਆਂ ਰਾਈਡਸ ਨੇ ਅੱਜ ਸੁਖਮਨ ਦਿਖਾ ਕੇ ਲਈਏ ਸੋ ਜਿਵੇਂ ਕਿ ਆਪਾਂ ਮੂਵੀਜ਼ ਵਗੈਰਾ ਦੇ ਵਿੱਚ ਦੇਖਦੇ ਹਾਂਗੇ ਇਹ ਉਹ ਵਾਲੀਆਂ ਰਾਈਡਸ ਨੇਗੀਆਂ ਆਲੇ ਦੁਆਲੇ ਦੇਖੋ ਅਤੇ ਨੀਚੇ ਅਸੀਂ ਤੁਰ ਰਹੇ ਹਾਂ ਪਹਾੜ 'ਤੇ ਇਹ ਬਸ ਉੱਤੇ ਉਹ ਬਣਾਏ ਹੋਏ ਨੇਗੇ ਜੰਗਲ ਇਹ ਜੇ ਹਾਂ ਸਰਕਲ ਵਾਲੀ ਸਾਈਕਲ ਇਹ ਕਾਹ ਹੁੰਦੇ ਆ ਇਹਦੇ 'ਤੇ ਦੋਨੇ ਜਣੇ ਬਹਿ ਕੇ ਚੱਕਾ ਜਿਹਾ ਘੁੰਮਦਾ ਹੁੰਦਾ ਹੈਗਾ ਹੈਗਾ ਤਾਂ ਸਾਰੇ ਪੁੱਠੇ ਕੰਮ ਨੇ ਜਿਹਨੇ ਕਰਨੇ ਨੇ ਉਹ ਕਰ ਸਕਦੇ ਆਹ ਦੋ ਜਣੇ ਵਾਲਿਆ ਹੁੰਦਾ ਹੈਗਾ ਇੱਕ ਦੂਜੇ ਨੂੰ ਡਿੱਗਣਾ ਹੁੰਦਾ ਹੈਗਾ ਸੋ ਅੱਗੇ ਤੱਕ ਉੱਪਰ ਤੁਰਨ ਵਾਲਾ ਬਣਿਆ ਹੋਇਆ ਕਿ ਬਾਕੀ ਜ਼ਿਪ ਲਾਈਨਿੰਗ ਵਗੈਰਾ ਸਾਰੀ ਬਣੀ ਹੋਈ ਹੈ ਅਤੇ ਆਵਰੇ ਤੁਸੀਂ ਦੇਖੋ ਕਿ ਆਹ ਬਣੇ ਹੋਏ ਨੇਗੇ ਬਾਲਸ ਵਗੈਰਾ ਇਹਨਾਂ ਤੁਸੀਂ ਫਾਈਟ ਕਰ ਸਕਦੇ ਹੋ ਇੱਕ ਦੂਜੇ ਨਾਲ ਵੈਸੇ ਅਸੀਂ ਊਂ ਵੀ ਬਥੇਰੇ ਹੀ ਲੜਦੇ ਹਾਂਗੇ ਲੋੜ ਹੀ ਨਹੀਂ ਹੈਗੀ ਸਾਨੂੰ ਆਹ ਚੀਜ਼ਾਂ ਦੀ ਆਪਸ 'ਚ ਬਥੇਰਾ ਲੜ ਪੈਂਦੇ ਹੈਗੇ ਥੋੜ੍ਹੀ ਥੋੜ੍ਹੀ ਗੱਲ 'ਤੇ ਹੈਨਾ ਕਮਲ ਥੱਲੇ ਟਰੰਪਲੀਨ ਹੈਗਾ ਤੁਸੀਂ ਦੇਖ ਸਕਦੇ ਹੋਗੇ ਕਿ ਐਡਵੈਂਚਰ ਕਰ ਰਹੇ ਨੇਗੇ ਸਾਰੇ ਜਣੇ ਹਰ ਇੱਕ ਚੀਜ਼ ਬਣੀ ਹੋਈ ਹੈਗੀ ਜ਼ਿਪ ਲਾਈਨ ਹੋ ਗਈ ਏਅਰ ਸਾਈਕਲਸ ਵਗੈਰਾ ਹੋ ਗਏ ਰੋਲਰਸ ਹੋ ਗਏ ਬਹੁਤ ਵਧੀਆ ਆਨੰਦ ਆਇਆ ਸਾਨੂੰ ਵੀ ਉਰੇ ਆ ਕੇ ਇੱਧਰ ਬੱਚਿਆਂ ਵਾਸਤੇ ਪਿੱਟ ਬੁੱਲ ਟਰੰਪਲੇਨ ਅਤੇ ਛੋਟੇ ਜਿਹੇ ਝੁੱਲੇ ਸੋ ਹੁਣ ਅਸੀਂ ਚੱਲਦੇ ਹਾਂ ਬਾਹਰ ਵਾਪਸ ਦੇਖ ਸਕਦੇ ਹੋ ਤੁਰਨ ਵਾਲੇ ਵੀ ਬਣੇ ਹੋਏ ਨੇਗੇ ਉਹਨਾਂ 'ਤੇ ਤੁਰ ਕੇ ਤੁਸੀਂ ਪਾਰ ਕਰ ਸਕਦੇ ਹੋ ਬਾਕੀ ਸਾਰਾ ਤੁਹਾਨੂੰ ਦਿਖਾਈ ਦਿੱਤਾ 25 ਪਲੱਸ ਉਰੇ ਐਡਵੈਂਚਰ ਆਹੋ ਐਕਟੀਵਿਟੀਜ਼ ਨੇ ਅਤੇ ਤੁਸੀਂ ਲੈ ਸਕਦੇ ਹੋ ਨਾਲੇ ਗਾਣੇ ਚੱਲ ਰਹੇ ਨੇ ਵਧੀਆ ਆਨੰਦ ਆਉਂਦਾ ਹੈਗਾ ਮਿਊਜ਼ਿਕ 'ਚ ਪਹੁੰਚ ਗਏ ਹਾਂ ਭੱਟਾ ਫਾਲਸ 'ਤੇ ਅਤੇ ਰੋਪਵੇ ਦੀ ਜਿਹੜੀ ਟਿਕਟ ਆ ਉਹ ਪਰ ਪਰਸਨ ਦੀ 250 ਰੁਪਏ ਅਤੇ ਰੋਪਵੇ ਟਿੰਬਲ ਟ੍ਰੇਨ ਉਰੇ ਪਹੁੰਚ ਚੁੱਕੀ ਹੈਗੀ ਸੋ ਦੇਖਦੇ ਹਾਂਗੇ ਕਿ ਤੁਰ ਕੇ ਜਾਂਦੇ ਹਾਂ ਉੱਧਰ ਦੇ ਮੇ ਵੀ ਡੈਡੀ ਤੁਰ ਕੇ ਉਹ ਪੌੜੀਆਂ ਜੀਆਂ ਬਾਕੀ ਦੇਖਦੇ ਹਾਂਗੇ ਪਤਾ ਕਰਦੇ ਹਾਂਗੇ ਉਰੇ ਕਿ ਤੁਸੀਂ ਗਲਤ ਉੱਤਰ ਜਾਈਏ ਫਿਰ ਉਨਾ ਹੀ ਸਾਨੂੰ ਚੜ੍ਹਨਾ ਪਊਗਾ ਅਤੇ ਇੱਧਰ ਟਿਕਟ ਕਾਊਂਟਰ ਹੈਗਾ ਲਾਈਟਾਂ ਵਾਲਾ ਜਗਮਗਾਉਂਦਾ ਸੁਰੇ ਪੁੱਛਦੇ ਹਾਂਗੇ ਜੇ ਹੈਗਾ ਆਰੋਂ ਜਿੱਥੇ ਤੁਹਾਨੂੰ ਗ੍ਰੀਨ ਕਲਰ ਦਾ ਸ਼ੈੱਡ ਦਿਖ ਰਿਹਾ ਹੈਗਾ ਉੱਥੋਂ ਰੋਪਵੇ ਉੱਤਰਦਾ ਹੈਗਾ ਅਤੇ ਉੱਥੇ ਹੈਗਾ ਭੱਟਾ ਫਾਲਸ ਸੋ ਆਲੇ ਦੁਆਲੇ ਦਾ ਵਿਊ ਦੇਖੋ ਤੁਸੀਂ ਕਿੰਨੇ ਸੋਹਣੇ ਕਟਿੰਗ ਦੇ ਵਿੱਚ ਪਹਾੜ ਸੋਹਣੇ ਲੱਗ ਰਹੇ ਨੇ ਖੇਤੀ ਕਰੀ ਹੋਈ ਆ ਉੱਪਰ ਉੱਧਰ ਟੈਰਿਸ ਫਾਰਮਿੰਗ ਕਰੀ ਹੋਈ ਹੈ ਤੋਂ ਤੁਹਾਨੂੰ ਰੋਪਵੇ ਮਿਲ ਜਾਣਗੇ ਅਤੇ ਨੀਚੇ ਜਿਵੇਂ ਤੁਹਾਨੂੰ ਦੱਸਿਆ ਗ੍ਰੀਨ ਸ਼ੈੱਡ ਤੱਕ ਰੋਪਵੇ ਉੱਤਰਦੇ ਨੇਗੇ ਸੋ ਭੱਟਾ ਫਾਲਸ ਕੈਂਪਟੀ ਫਾਲਸ ਇਹ ਸਾਰੇ ਸਿਮੀਲਰ ਨੇ ਪਾਣੀ ਵਾਲੀਆਂ ਚੀਜ਼ਾਂ ਨੇ ਅਤੇ ਇੱਧਰੋਂ ਦੇਖੋ ਜਾ ਰਹੇ ਨੇ ਰੋਪਵੇ ਦੇ ਵਿੱਚ ਭਰ ਭਰ ਕੇ ਜਾ ਰਹੇ ਨੇ ਕਿਉਂਕਿ ਜਿਹੜੇ ਲੋਕ ਕਈ ਵਾਰ ਕੈਂਪਟੀ ਫਾਲ 'ਤੇ ਨਹੀਂ ਜਾਣਾ ਪਸੰਦ ਕਰਦੇ ਉਹ ਇੱਥੇ ਜਾਂਦੇ ਨੇ ਪਰ ਅਸੀਂ ਕੈਂਪਟੀ ਫਾਲ 'ਤੇ ਜਾ ਆਏ ਜਿਵੇਂ ਕਿ ਪਾਣੀ ਵਾਲੀਆਂ ਚੀਜ਼ਾਂ ਨੇ ਸੋ ਇਸ ਕਰਕੇ ਅਸੀਂ ਇਹਨੂੰ ਸਕਿੱਪ ਕਰ ਰਹੇ ਹਾਂਗੇ ਅਤੇ ਹੁਣ ਅਸੀਂ ਜਾ ਰਹੇ ਹਾਂਗੇ ਸਿੱਧਾ ਦੇਹਰਾਦੂਨ
ਸੋ ਆਓ ਚੱਲੀਏ। ਬਾਕੀ ਜੇਕਰ ਤੁਹਾਡਾ ਮਨ ਕਰਦਾ ਤਾਂ ਤੁਸੀਂ ਜਾ ਸਕਦੇ ਹੋ। ਬਾਕੀ ਤੁਹਾਨੂੰ ਅਸੀਂ ਪਿਕਚਰ ਵਗੈਰਾ ਵਿੱਚ ਪਾ ਦਾਂਗੇ ਕਿ ਭੱਟਾ ਫਾਲਸ 'ਤੇ ਹੁੰਦਾ ਕੀ ਗਿਆ। ਐਡਵੈਂਚਰ ਪਾਰਕ ਵੀ ਅਸੀਂ ਦੇਖ ਲਿਆ, ਪਾਣੀ ਵਾਲਾ ਵੀ ਦੇਖ ਲਿਆ, ਨੀਚੇ ਬੋਟਿੰਗ ਹੀ ਹੁੰਦੀ ਹੈ, ਬੋਟਿੰਗ ਅਸੀਂ ਕਰਨੀ ਨਹੀਂ। ਬਾਕੀ ਇੱਥੇ ਥੋੜ੍ਹੇ ਬਹੁਤ ਐਡਵੈਂਚਰ ਨੇ, ਜਿਵੇਂ ਤੁਸੀਂ ਜਾਂ ਤਾਂ ਐਡਵੈਂਚਰ ਪਾਰਕ 'ਚ ਵਗ ਜਾਓ ਅਤੇ ਕੈਂਪਟੀ ਫਾਲਸ 'ਚ ਵਗ ਜਾਓ, ਉਹੀ ਇੱਕ ਗੱਲ ਫਿਰ ਮਿਸ ਕਰਕੇ। ਹਾਂ, ਫਿਰ ਅਸੀਂ ਚਾਹੁੰਦੇ ਹਾਂ ਕਿ ਕੁਛ ਤੁਹਾਨੂੰ ਨਵਾਂ ਦਿਖਾਈਏ ਕਿ ਉਰੇ ਤਾਂ ਸਿਰਫ ਪਾਣੀ ਵਾਲੀ ਚੀਜ਼ਾਂ ਨੇ, ਬਾਕੀ ਸਾਨੂੰ ਅਸੀਂ ਦਿਖਾਉਂਦੇ ਹਾਂ ਕਿ ਦੇਹਰਾਦੂਨ ਦੀਆਂ ਫੇਮਸ ਪਲੇਸਿਸ। ਸੋ ਆਓ ਚੱਲੀਏ। ਸੋ ਇਹ ਰੋਪਵੇ ਜੀ ਭੱਟਾ ਫਾਲ ਦਾ, ਅਤੇ ਤੁਸੀਂ ਰੋਪਵੇ ਦੇ ਰਾਹੀਂ ਥੱਲੇ ਜਾ ਸਕਦੇ ਹੋ ਅਤੇ ਤੁਹਾਨੂੰ ਕੁਛ ਇਸ ਤਰੀਕੇ ਦਾ ਨਜ਼ਾਰਾ ਵੇਖਣ ਨੂੰ ਮਿਲਦਾ। ਅਤੇ ਥੱਲੇ ਪਹੁੰਚ ਕੇ ਰੋਪਵੇ ਦੇ ਰਾਹੀਂ ਇੱਧਰ ਬੋਟਿੰਗ ਵਗੈਰਾ ਵੀ ਹੈ, ਕੈਫੇ ਨੇ, ਗੇਮ ਜ਼ੋਨ ਆ, ਜਵਾਕਾਂ ਦੇ ਖੇਡਣ ਵਾਸਤੇ ਨੇ, ਖਾਣ ਪੀਣ ਵਾਸਤੇ ਆ, ਕਾਫੀ ਕੁਛ ਚੀਜ਼ਾਂ ਹੈਗੀਆਂ ਨੇ ਦੇਖਣ ਵਾਸਤੇ। ਸੋ ਬੱਚੇ ਇੰਜੋਏ ਕਰ ਸਕਦੇ ਨੇ। ਬਾਕੀ ਆ ਰਿਐਲਿਟੀ ਮਤਲਬ ਵਿਜੂਲੇਸ਼ਨ ਵਾਲਾ ਵੀ ਹੈਗਾ, ਮਤਲਬ ਆਪਾਂ ਬੈਠੇ ਬੈਠੇ ਵੀ ਆਪਾਂ ਸਾਰਾ ਕੁਛ ਆ ਨਾ, ਪਰ ਰੀਅਲ ਦੇ ਵਿੱਚ ਐਂ ਲੱਗਦਾ ਆਪਾਂ ਖੇਡ ਰਹੇ ਹਾਂ। ਬਾਕੀ ਆ ਕੋਸਟਲ ਜ਼ਿਪਲਾਈਨ ਆ ਗਈ ਜੀ, ਇਹ ਆਪਾਂ ਜਵਾਕਾਂ ਵਾਸਤੇ ਆ ਗਏ ਖੇਡਣ ਨੂੰ। ਇਹ ਗੇਮਸ ਜਿਵੇਂ ਆਪਣੇ ਐਡਵੈਂਚਰ ਪਾਰਕ ਦੇ ਵਿੱਚ ਤੁਹਾਨੂੰ ਦਿਖਾਈਆਂ ਨੇ ਉਸੇ ਤਰੀਕੇ ਨਾਲ। ਹਾਂਜੀ, ਆਈਕੀਆ ਦੇ ਵਿੱਚ ਜਿਵੇਂ ਦਿਖਾਉਂਦੇ ਆ, ਬੰਜੀ ਜੰਪਿੰਗ ਹੋ ਗਈ, ATV ਬਾਈਕ ਹੋ ਗਈ, ਅਤੇ ਇਸ ਤਰੀਕੇ ਨਾਲ ਕੁਛ ਬੋਟਿੰਗ ਵਗੈਰਾ ਹੋ ਗਈ, ਤੁਸੀਂ ਉੱਥੇ ਕਰ ਸਕਦੇ ਹੋ। ਸਵਿਮਿੰਗ ਹੋ ਗਈ, ਹੈ ਨਾ, ਮਤਲਬ ਬਿਲਕੁਲ ਜਿਵੇਂ ਕੈਂਪਟੀ ਫਾਲ ਸੀਗਾ ਉਸੇ ਤਰੀਕੇ ਦਾ ਹੀ ਹੈਗਾ। ਉਰੇ ਪਾਣੀ ਬਹੁਤ ਵਧੀਆ ਸਾਫ਼ ਹੈਗਾ। ਅਸੀਂ ਲੈ ਲਿਆ ਆਪਣਾ ਖਾਣ ਪੀਣ ਤਾਂ ਸਾਡੇ ਕੋਲ ਹੈਗਾ ਹੀ ਸੀਗਾ, ਪੀਣ ਦੀ ਇੱਛਾ ਹੋ ਰਹੀ ਸੀਗੀ, ਅਤੇ ਅਸੀਂ ਲੈ ਲਿਆ ਗਾ ਕੋਕਾ ਕੋਲਾ ਅਤੇ ਫੈਂਟਾ, ਜਿਵੇਂ ਕਿ ਤੁਹਾਨੂੰ ਪਤਾ ਗਾ ਸਾਡੇ ਪਰਿਵਾਰ ਦੀ ਅਲੱਗ ਅਲੱਗ ਚੁਆਇਸ ਜੀ ਹੁੰਦੀ ਹੈ, ਮਿਕਸ ਜਿਹਾ ਕਰਕੇ ਪੀਂਦੇ ਹੁੰਦੇ ਹਾਂ ਅਸੀਂ ਸਾਰੀਆਂ ਚੀਜ਼ਾਂ। 3 ਕੁ ਜਣੇ ਉਹ ਪੀ ਲੈਂਦੇ ਨੇਗੇ, 3 ਕੁ ਜਣੇ ਆਹ ਪੀ ਲੈਂਦੇ ਨੇਗੇ, ਹਰ ਇੱਕ ਚੀਜ਼ ਦਾ ਇੰਜੋਏ ਲੈਂਦੇ ਹਾਂ। ਅਤੇ ਆਲੇ ਦੁਆਲੇ ਤੁਹਾਨੂੰ ਦਿਖਾਈਏ ਕਿ ਕਿੰਨੇ ਸੋਹਣਾ ਵਿਊ ਆ ਰਿਹਾ ਹੈਗਾ। ਇੰਨੇ ਸੋਹਣੇ ਵਿਊ ਦੇ ਵਿੱਚ ਬੈਠ ਕੇ ਅਸੀਂ ਆਹ ਲੱਕੜ ਦਾ ਬਣਾਇਆ ਹੋਇਆ ਸਾਰਾ ਕੁਛ, ਤੁਸੀਂ ਦੇਖੋ ਚੇਅਰਸ ਵੀ ਲੱਕੜ ਦੀ ਕਿ ਬਾਂਸ ਪਾਪਾ ਹੈ। ਹਾਂ, ਬਾਂਸ ਵਗੈਰਾ ਇਹਨਾਂ ਦੇ ਉਹ ਹੁੰਦੇ ਨੇ, ਬਹੁਤ ਸੋਹਣੇ ਬਣੇ ਹੋਏ ਨੇ। ਸੋ ਅਸੀਂ ਇੱਥੇ ਬੈਠ ਕੇ ਇੰਜੋਏ ਕਰਕੇ ਖਾਂਦੇ ਹਾਂ ਪੀਂਦੇ ਹਾਂ। ਬਾਕੀ ਸਾਰਾ ਤੁਹਾਨੂੰ ਅਸੀਂ ਰੋਪਵੇ ਵਾਲਾ ਦੱਸਤਾ, ਸੇਮ ਹੀ ਹੈ ਕੈਂਪਟੀ ਫਾਲ ਵਾਂਗੂ। ਬਾਕੀ ਤੁਹਾਡੀ ਪਰਸਨਲ ਇੱਛਾ ਹੈਗੀ ਕਿ ਤੁਸੀਂ ਜਾਣਾ ਤਾਂ ਨੀਚੇ ਵੀ ਜਾ ਸਕਦੇ ਹੋ, ਆਨੰਦ ਲਓ ਜ਼ਿੰਦਗੀ ਦਾ। ਕੋਈ ਇੱਥੇ ਲੈ ਲੈਂਦਾ, ਕੋਈ ਕੈਂਪਟੀ ਫਾਲ ਲੈ ਲੈਂਦਾ, ਅਲੱਗ ਅਲੱਗ ਜਗ੍ਹਾ 'ਤੇ ਨੇ ਬਣੇ ਹੋਏ ਨੇਗੇ। ਸੋ ਹੁਣ ਅਸੀਂ ਬੈਠੇ ਸੀਗੇ ਕੋਲਡ ਡਰਿੰਕ ਵਗੈਰਾ ਪੀਣ ਦੇ ਲਈ, ਅਤੇ ਮੀਂਹ ਪੈ ਰਿਹਾ ਬਹੁਤ ਜ਼ਿਆਦਾ, ਅਤੇ ਆਨੰਦ ਆ ਰਿਹਾ ਹੈਗਾ ਮੀਂਹ ਪੈਂਦੇ 'ਚ। ਖਾਣ ਪੀਣ ਦਾ ਅਤੇ ਘੁੰਮਣ ਫਿਰਨ ਦਾ ਆਨੰਦ ਵੱਖਰਾ ਹੀ ਹੋ ਜਾਂਦਾ। ਕੁਛ ਪਹਾੜਾਂ 'ਤੇ ਜਦੋਂ ਮੀਂਹ ਪੈ ਜੇ ਤਾਂ ਦੇਖਣ ਦਾ ਅਲੱਗ ਹੀ ਨਜ਼ਾਰਾ ਹੈ, ਉਹ ਚੀਜ਼ ਤੁਸੀਂ ਐਕਸਪੀਰੀਅੰਸ ਹੀ ਕਰ ਸਕਦੇ ਹੋ, ਅਸੀਂ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦੇ ਕਿ ਮੀਂਹ ਪੈਣ ਦਾ ਪਹਾੜਾਂ 'ਚ ਕਿੰਨਾ ਨਜ਼ਾਰਾ ਹੈਗਾ, ਹੈ ਨਾ ਪਾਪਾ। ਸਾਨੂੰ ਬਾਰ ਬਾਰ ਯਾਦ ਆਉਂਦਾ ਰਹੇ ਵੀ ਹਾਂ ਆਪਾਂ ਆਹ ਜਗ੍ਹਾ ਤੇ ਘੁੰਮੇ ਸੀ, ਆਹ ਜਗ੍ਹਾ ਤੇ ਬੋਲੇ ਸੀ, ਸੋ ਸਾਡਾ ਵੀਡੀਓ ਬਣਾਉਣ ਦਾ ਇਹੀ ਮਕਸਦ ਮੇਨ ਇਹੀ ਹੁੰਦਾ ਕਿ ਅਸੀਂ ਜਦੋਂ ਵੱਡੇ ਵੀ ਹੋ ਜਾਈਏ, ਬੁੜੇ ਹੋ ਜਾਈਏ, ਉਦੋਂ ਸਾਨੂੰ ਐਂ ਹੋਵੇ ਅਸੀਂ ਆਹ ਘੁੰਮ ਕੇ ਆਏ ਹਾਂ। ਪਰਸਨ ਸਾਨੂੰ ਬਨਾਰਸ ਵਾਲੇ ਮਿਲੇ ਸੀਗੇ, ਉਹ ਕੱਲ੍ਹ ਇਹ ਗੱਲ ਕਹਿ ਕੇ ਗਏ ਨੇ ਵੀ ਜਦੋਂ ਵੀ ਤੁਸੀਂ ਬਨਾਰਸ ਆਉਣਾ ਤੁਸੀਂ ਸਾਡੇ ਘਰ ਰੁਕਣਾ, ਤਾਂ ਕਿ ਆਪਣੇ ਰਿਲੇਸ਼ਨ ਵੀ ਬਣਦੇ ਨੇ, ਡਿਵੈਲਪ ਵੀ ਹੁੰਦੇ ਨੇ, ਆਪਾਂ ਲੋਕਾਂ ਨਾਲ ਪਿਆਰ ਵਧਾਉਣਾ, ਦੁਨੀਆਦਾਰੀ 'ਚ ਘੁੰਮਾਂਗੇ ਫਿਰਾਂਗੇ, ਜਾਵਾਂਗੇ ਆਵਾਂਗੇ, ਫਿਰ ਕਿਸੇ ਦਾ ਪਤਾ ਲੱਗੂਗਾ। ਸੋ ਕੱਲ੍ਹ ਬੜਾ ਸਤਿਕਾਰ ਨਾਲ ਕਹਿ ਕੇ ਗਏ ਨੇ ਵੀ ਮੋਸਟ ਵੈਲਕਮ, ਜਿੱਦਾਂ ਵੀ ਤੁਸੀਂ ਬਨਾਰਸ ਬਲੌਗ ਵਲੌਗ ਆਉਣਾ ਤਾਂ ਤੁਸੀਂ ਸਾਡੇ ਕੋਲ ਸਟੇਅ ਕਰ ਦਿਓ। ਸੋ ਬਹੁਤ ਵਧੀਆ ਲੱਗਿਆ ਸਾਨੂੰ ਬਨਾਰਸ ਵਾਲੀ ਫੈਮਿਲੀ ਨਾਲ ਮਿਲ ਕੇ। ਐਵੇਂ ਹਰ ਇੱਕ ਫੈਮਿਲੀ ਤੁਹਾਨੂੰ ਹਰ ਇੱਕ ਜਗ੍ਹਾ 'ਤੇ ਮਿਲ ਜਾਂਦੀ ਹੈ, ਜੇਕਰ ਤੁਸੀਂ ਚੰਗੇ ਹੋ ਤਾਂ ਸਾਰੇ ਚੰਗੇ ਨੇਗੇ, ਸਾਰੇ ਤੁਹਾਨੂੰ ਚੰਗੇ ਮਿਲਣਗੇ ਜੇ ਤੁਹਾਡੀ ਡੀਲਿੰਗ ਖੁਦ ਹੀ ਵਧੀਆ ਹੈਗੀ। ਸੋ ਸਾਨੂੰ ਤਾਂ ਬਹੁਤ ਆਨੰਦ ਆ ਰਿਹਾ ਹੈਗਾ ਉਰੇ। ਮਨ ਜੀਤੇ ਜਗਜੀਤ, ਜੱਗ ਵੀ ਫੇਰੇ ਜਿੱਤੇ ਜੇ ਮਨ ਨੂੰ ਜਿੱਤਾਂਗੇ। ਹਾਂਜੀ ਹਾਂ, ਪਹਿਲਾਂ ਆਪ ਸਹੀ ਬਣਨਾ ਹੋਊਗਾ, ਆਪ ਚੰਗੇ ਬਣਨਾ ਪਊਗਾ,
ਫਿਰ ਆਪਾਂ ਨੂੰ ਕੋਈ ਚੰਗਾ ਨੁਕਸਾਨ ਲੱਗੂਗਾ। ਕਈ ਲੋਕ ਆ ਕੇ ਉਰੇ ਕਹਿੰਦੇ ਨੇ ਮਸੂਰੀ ਦੇ ਵਿੱਚ ਸਾਨੂੰ ਆਹ ਡਰਾਈਵਰ ਨਹੀਂ ਵਧੀਆ ਮਿਲਿਆ, ਸਾਨੂੰ ਇੱਥੇ ਨਹੀਂ ਘੁਮਾਇਆ, ਇੱਥੇ ਨਹੀਂ ਘੁਮਾਇਆ, ਪਰ ਪਰਸਨ ਦੀ ਖੁਦ ਦੀ ਡੀਲਿੰਗ 'ਤੇ ਵੀ ਨਿਰਭਰ ਕਰਦਾ। ਜੇ ਆਪਾਂ ਅਗਲੇ ਨਾਲ ਡੀਲ ਵਧੀਆ ਕਰਾਂਗੇ ਤਾਂ ਅਗਲਾ ਆਪਣੇ ਨਾਲ ਡੀਲ ਵਧੀਆ ਕਰੂਗਾ। ਸੋ ਪਾਪਾ ਦਾ ਤਾਂ ਐਵੇਂ ਦਾ ਸੁਭਾਅ ਹੈ ਕਿ ਡੈਡੀ ਨੇ ਜਮ੍ਹਾਂ ਆਪਦੇ ਬੱਚਿਆਂ ਵਾਂਗੂ ਖਾਣ ਪੀਣ ਨੂੰ ਵੀ ਪਾਪਾ ਵੀਰੇ ਨੂੰ ਵਾਰ ਵਾਰ ਪੁੱਛੀ ਜਾ ਰਹੇ ਨੇਗੇ। ਵੈਸੇ ਅਸੀਂ ਉਹਨੂੰ ਦੇ ਕੇ ਵੀ ਆ ਰਹੇ ਹਾਂਗੇ ਵੀ ਤੂੰ ਕੁਛ ਖਾ ਪੀ ਲੈ ਵੀਰੇ, ਬਾਪਾ ਬਹੁਤ ਵਧੀਆ ਉਹ ਕਰਦੇ ਨੇ ਵੀ ਅਗਲੇ ਨੂੰ। ਹਾਂ, ਸੋ ਆਪਾਂ ਐਂ ਨਾ ਸਮਝੋ ਵੀ ਉਹ ਇਕੱਲੇ ਡਰਾਈਵਰ ਨੇ, ਉਹ ਆਪਣੀ ਵੇਟ ਵੀ ਕਰਦੇ ਨੇ। ਹੁਣ ਅਸੀਂ ਉਰੇ ਬੈਠਾਂਗੇ ਅਤੇ ਉਹ ਵੀਰਾ ਵੇਟ ਕਰ ਰਿਹਾ ਹੈਗਾ ਬਾਹਰ ਗੱਡੀ 'ਚ ਬੈਠਾ। ਹਾਂਜੀ, ਤੇ ਉਹਨਾਂ ਦੀ ਵੀ ਤਾਂ ਜ਼ਿੰਦਗੀ ਆ, ਹਰੇਕ ਨੂੰ ਇਨਸਾਨੀਅਤ ਅੱਖਾਂ ਨਾਲ ਦੇਖੋ, ਇਨਸਾਨੀਅਤ ਜੇ ਉਹਦਾ ਉਹ ਰੁਜ਼ਗਾਰ ਆ, ਉਹਦਾ ਕੰਮ ਆ ਆਪਣੀ ਵੇਟ ਕਰਨਾ। ਪਰ ਇੰਨਾ ਵੀ ਕਿਸੇ ਨੂੰ ਪਰੇਸ਼ਾਨ ਨਾ ਕਰੋ ਵੀ ਤੁਸੀਂ ਡਰਿੰਕ ਕਰਕੇ ਕਿਸੇ ਨੂੰ ਪਰੇਸ਼ਾਨ ਕਰਦੇ ਹੋ ਜਾਂ ਆਪਣਾ ਟਾਈਮ ਜ਼ਿਆਦਾ ਓਵਰ ਤੰਗ ਹਨੇਰਾ ਵੇਲਾ ਕਵੇਲਾ ਕਰਦੇ ਹੋ, ਤੰਗ ਨਾ ਕਰੋ ਬਸ। ਸੋ ਅਸੀਂ ਅੱਜ ਵੀਰੇ ਨੂੰ ਦੇਹਰਾਦੂਨ ਜਾ ਕੇ ਛੇਤੀ ਫ੍ਰੀ ਕਰ ਦਾਂਗੇ, ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਰਾਤ ਨੂੰ ਪਹਾੜੀ ਦੇ 'ਚ, ਕਿਉਂਕਿ ਪਹਾੜੀ ਦੇ 'ਚ ਸਟਰੀਟ ਲਾਈਟਸ ਇੰਨੀਆਂ ਹੁੰਦੀਆਂ ਨਹੀਂ। ਅਸੀਂ ਫ੍ਰੀ ਕਰ ਦਾਂਗੇ ਛੇਤੀ ਤਾਂ ਕਿ ਉਹ ਆਪਦੇ ਘਰ ਪਹੁੰਚ ਜਾਣ ਅਤੇ ਅਸੀਂ ਵੀ ਆਪਦਾ ਪੂਰਾ ਆਨੰਦ ਨਾਲ ਟਾਈਮ ਨਾਲ ਆਪਾਂ ਅਸੀਂ ਵੀ ਉੱਥੇ ਕਮਰਾ ਲੈ ਕੇ ਪਹੁੰਚ ਜਾਈਏ। ਸੋ ਹੁਣ ਤੁਹਾਨੂੰ ਮਿਲਦੇ ਹਾਂ ਸਿੱਧਾ ਦੇਹਰਾਦੂਨ ਜਾ ਕੇ, ਬਾਕੀ ਰਸਤੇ 'ਚ ਜੇ ਕੁਛ ਵਿਊ ਆਏ ਤਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ, ਬਾਕੀ ਅਪਡੇਟ ਤੁਹਾਨੂੰ ਦਿੰਦੇ ਰਹਾਂਗੇ। ਅਸੀਂ ਜਾ ਰਹੇ ਹਾਂਗੇ ਵਾਪਸ ਉਰੋਂ ਪੱਟਾ ਫਾਲਸ ਦੇ ਰੋਪਵੇ ਜਿੱਥੇ ਬਣਿਆ ਹੋਇਆ ਹੈਗਾ। ਸੋ ਆ ਰਹੀ ਹੈ ਸਾਡੀ ਗੱਡੀ, ਖੜ੍ਹ ਗਈਆਂ ਸੰਗਤਾਂ ਜਾਣ ਦੇ ਲਈ। ਸੋ ਆ ਗਿਆ ਵੀਰਾ ਅਤੇ ਹੁਣ ਅਸੀਂ ਜਾਂਦੇ ਹਾਂਗੇ ਉੱਪਰ, ਦੇਹਰਾਦੂਨ ਵੱਲ ਲੈ ਕੇ ਜਾਊਗਾ ਹੁਣ ਵੀਰਾ। ਅਸੀਂ ਹੁਣ ਦੇਖਣ ਜਾ ਰਹੇ ਹਾਂ ਜੀ ਉਰੇ ਦਾ ਫੇਮਸ ਜਿਹੜਾ ਮੰਦਿਰ ਹੈਗਾ। ਅਸੀਂ ਮਸੂਰੀ ਤੋਂ ਦੇਹਰਾਦੂਨ ਵੱਲ ਜਾ ਰਹੇ ਹਾਂ, ਉਸ ਰਸਤੇ ਦੇ ਵਿੱਚ ਪੈਂਦਾ। ਸੋ ਦੇਖਦੇ ਹਾਂਗੇ ਮੰਦਿਰ ਦਾ ਨਾਮ, ਪਹਿਲਾਂ ਦੇਖਦੇ ਵੀਰੇ ਕਾਹਦੇ ਲਈ ਪ੍ਰਸਿੱਧ ਹੈ ਇਹ ਮੰਦਿਰ। ਸੋ ਚਲੋ ਜੀ ਚੱਲੀਏ। ਇਹ ਮੰਦਿਰ ਦਾ ਨਾਮ ਹੈਗਾ ਜੀ ਸ਼੍ਰੀ ਪ੍ਰਕਾਸ਼ੇਸ਼ਵਰ ਮਹਾਦੇਵ ਮੰਦਿਰ ਸ਼ਿਵਦੁਆਰ। ਸੋ ਇਹ ਸ਼ਿਵ ਭਗਵਾਨ ਜੀ ਦਾ ਮੰਦਿਰ ਹੈ। ਸੋ ਆਪਾਂ ਅੰਦਰ ਚੱਲਦੇ ਹਾਂ ਅਤੇ ਦਰਸ਼ਨ ਕਰਦੇ ਹਾਂ। ਤਿਲਕ ਲਾਇਆ ਜਾਂਦਾ ਜੀ, ਆਹ ਵੇਖੋ ਇੱਧਰ ਹੈਗੀ ਜੀ ਸ਼ਿਵ ਭਗਵਾਨ ਜੀ ਦੀ ਮੂਰਤੀ, ਆਹ ਤੁਸੀਂ ਦੇਖੋ। ਸੋ ਅੰਦਰ ਹੈਗਾ ਜੀ ਮੰਦਿਰ। ਸੋ ਮੰਮਾ ਇੱਧਰ ਫੋਟੋ ਖਿਚਾ ਰਹੇ ਨੇ। ਸੋ ਅੰਦਰ ਆਪਾਂ ਮੰਦਿਰ ਦੇ ਦਰਸ਼ਨ ਕਰਦੇ ਹਾਂ ਅਤੇ ਸਾਈਡ 'ਤੇ ਜਿਹੜੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਅੰਦਰ। ਚਲੋ ਜੀ, ਸ਼ਿਵਜੀ ਭਗਵਾਨ ਜੀ ਦਾ ਮੰਦਿਰ ਹੈ ਜੀ। ਸੋ ਗੁਰੂ ਜੀ ਦਰਸ਼ਨ ਕਰਦੇ ਨੇ ਸਾਰੇ ਜਣੇ। ਸੋ ਕਾਫੀ ਗਿਣਤੀ ਦੇ ਵਿੱਚ ਉਰੇ ਸੰਗਤ ਆਈ ਹੈ ਜੀ ਦਰਸ਼ਨ ਕਰਨ ਦੇ ਲਈ। ਸੋ ਇੱਕ ਵਾਰ ਤੁਹਾਨੂੰ ਵੀ ਜ਼ਰੂਰ ਉਰੇ ਆਉਣਾ ਚਾਹੀਦਾ ਹੈ, ਬਹੁਤ ਹੀ ਵਧੀਆ ਇਹ ਮੰਦਿਰ ਬਣਾਇਆ ਹੈ। ਸੋ ਸਾਨੂੰ ਬਹੁਤ ਹੀ ਵਧੀਆ ਲੱਗ ਰਿਹਾ ਮੰਦਿਰ ਦੇ ਦਰਸ਼ਨ ਕਰ ਆਏ ਜੀ। ਅਤੇ ਹੁਣ ਆਪਾਂ ਸ਼ੂਜ਼ ਪਾਉਂਦੇ ਹੈਗੇ ਅਤੇ ਸ਼ੂਜ਼ ਪਾ ਲਏ ਅਤੇ ਅਸੀਂ ਪਾ ਕੇ ਫਿਰ ਅਸੀਂ ਚੱਲਦੇ ਹਾਂ ਅੱਗੇ। ਅਸੀਂ ਜੀ ਦੇਹਰਾਦੂਨ ਦਾ ਬਹੁਤ ਹੀ ਪ੍ਰਸਿੱਧ ਮੰਦਿਰ ਸ਼੍ਰੀ ਪ੍ਰਕਾਸ਼ੇਸ਼ਵਰ ਮਹਾਦੇਵ ਮੰਦਿਰ ਮਸੂਰੀ ਰੋਡ 'ਤੇ ਹੈ ਜੀ ਇਹ। ਸੋ ਉਰੇ ਤੁਸੀਂ ਜਦੋਂ ਵੀ ਜਾਂਦੇ ਹੋ ਤੁਸੀਂ ਮਸੂਰੀ ਵੱਲ, ਸੋ ਇਹ ਮੰਦਿਰ ਦੇ ਵਿੱਚ ਤੁਸੀਂ ਜ਼ਰੂਰ ਦਰਸ਼ਨ ਕਰਕੇ ਆਉਣੇ ਨੇ ਜੀ। ਸੋ ਬਹੁਤ ਹੀ ਵਧੀਆ ਮੰਦਿਰ ਬਣਾਇਆ ਹੋਇਆ। ਸੋ ਇਹ ਸ਼ਿਵਜੀ ਭਗਵਾਨ ਜੀ ਦਾ ਮੰਦਿਰ ਹੈ। ਸੋ ਇੱਕ ਵਾਰ ਤੁਸੀਂ ਜ਼ਰੂਰ ਉਰੇ ਆਉਣਾ ਜੀ। ਸੋ ਅਸੀਂ ਪਹਿਲੀ ਵਾਰ ਉਰੇ ਦੇਖਿਆ ਕਿ ਉਰੇ ਲਿਖਿਆ ਹੋਇਆ ਵੀ ਮੰਦਿਰ 'ਚ ਪੈਸੇ ਚੜ੍ਹਾਉਣਾ ਸਖ਼ਤ ਮਨਾ, ਨਹੀਂ ਤਾਂ ਹਰ ਇੱਕ ਮੰਦਿਰ ਦੇ ਵਿੱਚ ਹੁੰਦਾ ਕਿ ਉੱਥੇ ਪੈਸੇ ਚੜ੍ਹਾਏ ਜਾਂਦੇ ਨੇ, ਬਟ ਉਰੇ ਸਾਨੂੰ ਇਹ ਗੱਲ ਬਹੁਤ ਹੀ ਜ਼ਿਆਦਾ ਵਧੀਆ ਲੱਗੀ। ਸੋ ਬਹੁਤ ਹੀ ਵਧੀਆ ਮੰਦਿਰ ਬਣਾਇਆ ਹੈ।
ਸੋ ਸ਼ਿਵ ਜੀ ਮਹਾਰਾਜ ਦੇ ਮੰਦਰ ਕੋਲ ਅਸੀਂ ਫਿਰ ਬਨਾਰਸ ਵਾਲਿਆਂ ਨੂੰ ਮਿਲੇ, ਸੋ ਸਾਨੂੰ ਬਹੁਤ ਹੀ ਜ਼ਿਆਦਾ ਵਧੀਆ ਲੱਗਿਆ, ਬਹੁਤ ਹੀ ਵਧੀਆ ਪਰਿਵਾਰ ਹੈ, ਸੋ ਇੱਕ ਵਾਰ ਫਿਰ ਅਸੀਂ ਇਹਨਾਂ ਨੂੰ ਮਿਲਿਆਂਗੇ, ਸੋ ਬਹੁਤ ਹੀ ਜ਼ਿਆਦਾ ਵਧੀਆ ਲੱਗਿਆ। ਸੋ ਹੁਣ ਆਪਾਂ ਚੱਲਦੇ ਹਾਂਗੇ ਆਪਣੀ ਗੱਡੀ ਵੱਲ, ਸੋ ਫਿਰ ਦੈਨ ਆਪਾਂ ਚੱਲਾਂਗੇ ਹੁਣ ਰੋਬਰਟਸ ਕੇਵ। ਉਰੇ ਅਸੀਂ ਮੰਦਰ ਦੇ ਕੋਲ ਹੀ ਹੈਗਾ, ਉਰੇ ਆਈਸਕ੍ਰੀਮ ਮਿਲਦੀ ਆ, ਸੋ ਉਰੇ ਕਹਿੰਦੇ ਵੀ ਸ਼ਿਵ ਮੰਦਰ ਕੀ ਔਰ ਸੇ ਆਈਸਕ੍ਰੀਮ ਪਰ 40% ਕੀ ਛੂਟ ਹੈ। ਸੋ ਯਹਾਂ ਪਰ ਸੁੰਦਰ ਸੁੰਦਰ ਆਈਸਕ੍ਰੀਮ ਕੇ ਬੋਰਡ ਲਗੇ ਹੋਏ ਹੈ, ਔਰ ਹਰਸ਼ ਨੇ ਲੈ ਲਈ ਹੈ ਬਟਰ ਸਕੋਚ ਆਈਸਕ੍ਰੀਮ, ਸੁਗਮਨ ਨੇ ਕੌਣ ਸੀ ਲਈ ਹੈ, ਸੁਗਮਨ ਮਿਕਸ ਲਈ ਹੈ ਇਸਨੇ, ਸੋ ਇੱਕ ਆ ਰਹੀ ਹੈ ਨਟਸ ਆਈਸਕ੍ਰੀਮ, ਸੋ ਦੇਖਦੇ ਹਾਂ ਕਿਹੋ ਜਿਹੀ ਹੁੰਦੀ ਆ। ਅੱਛਾ ਬਟਰ ਸਕੋਚ ਵਾਲੀ ਕਿਹੋ ਜਿਹੀ ਆ, ਅਤੇ ਆ ਨਟਸ ਵਾਲੀ ਉਦੋਂ ਵੀ ਜ਼ਿਆਦਾ ਸਵਾਦ ਆ, ਸੋ ਉਰੇ ਸਾਨੂੰ ਵਧੀਆ 3 ਆਈਸਕ੍ਰੀਮਸ ਮਿਲ ਗਈ ਆ। ਸੋ ਕਹਿੰਦੇ ਵੀ ਉਰੇ ਮਤਲਬ ਜਿਹੜਾ ਰੇਟ ਹੁੰਦਾ ਉਹਦੇ ਹਿਸਾਬ ਨਾਲ ਮਤਲਬ ਜਿਹੜਾ ਡਿਸਕਾਊਂਟ ਆ ਰੇਟ 'ਚ ਨਹੀਂ ਘੱਟ ਕਰਦੇ ਹੈਗੇ, ਬਟ ਜਿਹੜੇ ਸਕੂਪ ਨੇ ਉਹ 2 ਆ ਜਾਂਦੇ ਨੇ, ਬਹੁਤ ਟੇਸਟੀ ਆ, ਹਾਂਜੀ ਡਬਲ ਹੋ ਜਾਂਦੀ ਆ।